ਦਾ ਬੱਚਾ ਆਟੋ ਵਾਲੇ ਨੇ ਦੇਖਿਆ ਵੀ ਛੋਟਾ ਬੱਚਾ ਵੀ ਇੱਥੇ ਅਤੇ ਜਿਹੜਾ ਜਿਹਨੇ ਦੱਸਿਆ ਸੀ ਉਹ ਮੋਢਾ ਸੀ ਔਰ ਗੱਲ ਪਰਨਾ ਅਤੇ ਐਕਟਿਵਾ ਦੇ ਕੀਤੀ ਸਰ ਮਾਮਲਾ ਜਦੋਂ ਮੈਂ ਰੇਲਵੇ ਸਟੇਸ਼ਨ ਤੋਂ ਗੱਡੀ ਕਰ ਰਿਹਾ ਸੀ ਡਿਊਟੀ ਕਰਕੇ ਆ ਰਿਹਾ ਸੀ ਅਤੇ ਜਦੋਂ ਰੇਲਵੇ ਸਟੇਸ਼ਨ ਗੱਡੀ ਕਰ ਗਿਆ ਇੱਕ ਆਦਮੀ ਨੇ ਕਿਹਾ ਵੀ ਤੁਹਾਡਾ ਕੁੱਲ ਨਹੀਂ ਚੁੱਕਦਾ ਮੈਂ ਅੱਗੇ ਖਾਲੀ ਜਗ੍ਹਾ 'ਤੇ ਲਿਆੜ ਕੇ ਕਰਾਸ਼ ਤੋਂ ਗੱਡੀ ਜਿਹੜੀ ਆ ਲਾਈ ਹੈ ਸਾਈਡ 'ਤੇ ਅਤੇ ਉਹਦਾ ਬੋਨਟ ਖੋਲ੍ਹ ਕੇ ਦੇਖਿਆ ਵਾ ਅਤੇ ਉਹ ਜਿਹੜਾ ਤੇਲ ਵਿੱਚੋਂ ਬਾਹਰ ਨਿਕਲ ਰਿਹਾ ਸੀ ਉਹ ਜਦੋਂ ਮੈਂ ਅਖਬਾਰ ਕੱਢ ਕੇ ਦੇਖਿਆ ਮੇਰਾ ਬੈਗ ਵਿੱਚ ਪਿਆ ਅਤੇ ਜਦੋਂ ਮੈਂ ਫਿਰ ਦੁਬਾਰਾ ਦੂਜੀ ਅਖਬਾਰ ਲੈਣਾ ਵਿੱਚ ਬੈਗ ਕਰਾ ਦਿੱਤਾ ਅਤੇ ਸਰ ਕਿੰਨੇ ਕੁ ਬੰਦੇ ਸੀਗੇ ਜੀ ਕਾਤੇ ਸੀਗੇ ਜੀ ਉਹਦਾ ਬੱਚਾ ਆਟੋ ਵਾਲੇ ਨੇ ਦੇਖਿਆ ਵੀ ਛੋਟਾ ਬੱਚਾ ਵੀ ਇੱਥੇ ਅਤੇ ਜਿਹੜਾ ਜਿਹਨੇ ਦੱਸਿਆ ਸੀ ਉਹ ਮੋਢਾ ਸੀ ਔਰ ਗੱਲ ਪਰਨਾ ਅਤੇ ਐਕਟਿਵਾ ਦੇ ਕੀਤੀ ਸਰ ਕੀ ਨਾਮ ਆ ਤੁਹਾਡਾ ਕਿੱਥੇ ਡਿਊਟੀ ਕਰਦੇ ਸਰ ਤੁਸੀਂ ਲੁਧਿਆਣਾ ਅਤੇ ਸਰ ਰਿਵੋਲਵਰ ਜਿਹੜਾ ਸੀਗਾ ਲਾਇਸੈਂਸੀ ਸੀਗਾ ਜਾਂ ਤੁਹਾਡਾ ਸਰਕਾਰੀ ਸੀਗਾ ਸਰਕਾਰੀ ਅਤੇ ਸਰ ਕਿੰਨੇ ਰਾਊਂਡ ਸੀਗੇ ਉਹਦੇ ਨਾਲ 12 ਰਾਊਂਡ ਹਾਂਜੀ ਸਰ ਕੀ ਮਾਮਲਾ ਸੀ ਸਾਨੂੰ ਕੰਪਲੇਂਟ ਮਿਲੀ ਅਤੇ ਅਸੀਂ ਜੀ ਆਰ ਬੀ ਲੁਧਿਆਣੇ ਲੱਗਿਆ ਕਸ਼ਮੀਰ ਸਿੰਘ ਉੱਧਰੋਂ ਜਾ ਰਿਹਾ ਸੀ ਸਟੇਸ਼ਨ ਵਾਲੇ ਪਾਸੇ ਦਮੋਰੀਆਵਾਲ ਵਾਲੇ ਪਾਸੇ ਅਤੇ ਉਹਨੇ ਦੱਸਿਆ ਕਿ ਕੋਈ ਬੱਚਾ ਮੈਨੂੰ ਕਹਿੰਦਾ ਤੇਰੀ ਗੱਡੀ ਕੋਈ ਤੇਲ 'ਚ ਆਉਂਦਾ ਉੱਤਰ ਕੇ ਦੇਖਣ ਲੱਗਿਆ ਤਾਂ ਉਹਦਾ ਬੈਗ ਕੋਈ ਚੋਰੀ ਕਰਕੇ ਲੈ ਗਿਆ ਗੱਡੀ 'ਚੋਂ ਅਤੇ ਜਿਹਦੇ ਵਿੱਚ ਉਹਦਾ ਸਰਕਾਰੀ ਰਿਵੋਲਵਰ ਸੀ ਮੌਕੇ 'ਤੇ ਆਏ ਆ ਦੇਖ ਰਹੇ ਹਾਂ ਅਤੇ ਬਿਆਨ ਲਿਖ ਕੇ ਜੋ ਵੀ ਬਣੀ ਕਾਰਵਾਈ ਕਰ ਰਹੇ ਸਰ ਸਰ ਪਤਾ ਲੱਗਾ ਉਹ ਰਿਵੋਲਵਰ ਕਿਹਨਾਂ ਨੇ ਗ੍ਰਿਫਤਾਰ ਲੈ ਕੇ ਗਏ ਅਤੇ ਕੌਣ ਸੀਗੇ ਮੁੰਡੇ ਅਜੇ ਨਹੀਂ ਪਤਾ ਲੱਗਾ ਕਿੰਨੇ ਜਣੇ ਸੀ ਸਿਰਫ ਇੱਕ ਹੋਲੀਆ ਪਤਾ ਲੱਗਾ ਉਹਦਾ ਗ੍ਰੇ ਕਲਰ ਦਾ ਸਵੈਟਰ ਪਾਇਆ ਸੀ 11-12 ਸਾਲ ਦਾ ਮੁੰਡਾ ਸੀਗਾ ਅਤੇ ਸਰ ਸਰਵਿਸ ਰਿਵੋਲਵਰ ਦੇ ਨਾਲ ਕਿੰਨੇ ਰਾਊਂਡ ਸੀਗੇ ਉਹਦੇ ਦੱਸਣ ਅਨੁਸਾਰ 12 ਸੀਗੇ ਜੀ ਬਾਕੀ ਉਹਨੂੰ ਕਲੀਅਰ ਕਰ ਰਹੇ ਅਤੇ ਸਰ ਇਹਦੀ ਕੋਈ ਸੀ ਸੀ ਟੀ ਵੀ ਫੁਟੇਜ ਵਗੈਰਾ ਤੁਸੀਂ ਕੋਈ ਚੈੱਕ ਕਰ ਰਹੇ ਠੀਕ ਹੈ ਸਰ ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ ਇੱਕ ਘੰਟੇ ਦੇ ਵਿੱਚ ਹੱਲ ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ ਵਿਆਹ ਦੇ ਵਿੱਚ ਦੇਰੀ ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ ਸੰਪਰਕ ਕਰੋ 97817 71820